ਪੰਜਾਬ ਸਰਕਾਰ ਨੇ ਫਰੀਦਕੋਟ 'ਚ ਹੋਣ ਵਾਲੀ ਪੋਲ ਖੋਲ੍ਹ ਰੈਲੀ ਨੂੰ ਨਾ ਮਨਜ਼ੂਰ ਕਰਕੇ ਅਕਾਲੀ ਦਲ ਨੂੰ ਇੱਕ ਬਹੁਤ ਵੱਡਾ ਝਟਕਾ ਦਿੱਤਾ। 16 ਸਤੰਬਰ ਨੂੰ ਹੋਣ ਵਾਲੀ ਇਸ ਰੈਲੀ ਨੂੰ ਲੈ ਕੇ ਲੰਬੇ ਸਮੇਂ 'ਤੇ ਵਿਵਾਦ ਚੱਲਦਾ ਆ ਰਿਹਾ। ਜਿੱਥੇ ਅਕਾਲੀ ਦਲ ਇਸ ਰੈਲੀ ਲਈ ਵੱਡੇ ਪੱਧਰ 'ਤੇ ਤਿਆਰੀਆਂ ਕਰ ਰਿਹਾ ਸੀ, ਉੱਥੇ ਹੀ ਸਿੱਖ ਜਥੇਬੰਦੀਆਂ ਵੱਲੋਂ ਇਸ ਰੈਲੀ ਦਾ ਵਿਰੋਧ ਕੀਤਾ ਜਾ ਰਿਹਾ। ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਇਸ ਰੈਲੀ ਨਾਲ ਸੂਬੇ ਦੇ ਹਾਲਾਤ ਵਿਗੜ ਸਕਦੇ ਹਨ। ਉੱਧਰ ਇਸ ਰੈਲੀ ਨੂੰ ਨਾ ਮਨਜ਼ੂਰ ਕਰਨ ਤੋਂ ਬਾਅਦ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ 'ਤੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਰੈਲੀ 'ਤੇ ਬੈਨ ਲਗਾਉਣਾ ਕਾਂਗਰਸ ਦੀ ਹਾਰ ਹੈ। ਰੈਲੀ 'ਤੇ ਬੈਨ ਨਹੀਂ, ਬਲਕਿ ਇਹ ਪੰਜਾਬ ਦੇ ਲੋਕਾਂ ਦੀ ਜਿੱਤ, ਪੰਜਾਬ ਦੀ ਸਰਕਾਰ ਦੀ, ਕਾਂਗਰਸ ਦੇ ਕਮਿਸ਼ਨ ਦੀ ਹਾਰ। ਜਿਹੜੀ ਕਾਂਗਰਸ ਕੱਲ੍ਹ ਤੱਕ ਕਹਿੰਦੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ, ਰਣਜੀਤ ਸਿੰਘ ਕਮਿਸ਼ਨ ਨੂੰ ਐਕਸਪੋਜ਼ ਹੋਣ ਤੋਂ ਬਾਅਦ ਪਹਿਲਾਂ ਮੀਡੀਆ ਨੇ ਐਕਸਪੋਜ਼ ਕੀਤਾ, ਫਿਰ ਵਿਟਨੈਸ ਨੇ ਐਕਸਪੋਜ਼ ਕੀਤਾ, ਫਿਰ ਲੋਕਾਂ ਨੇ ਐਕਸਪੋਜ਼ ਕੀਤਾ, ਹੁਣ ਹਾਈ ਕੋਰਟ ਨੇ ਵੀ ਇਹਨੂੰ ਐਕਸਪੋਜ਼ ਕਰ ਦਿੱਤਾ ਹੈ। ਔਰ ਅੱਜ ਕਾਂਗਰਸ ਦੀ ਨੌਬਤ ਇਹ ਆ ਗਈ ਆ ਕਿ ਉਹੀ ਇੰਦਰਾ ਗਾਂਧੀ ਦੇ ਰਸਤੇ 'ਤੇ ਚੱਲਦੇ ਹੋਏ, ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਲੋਕਾਂ ਦੇ ਅੰਦਰ ਜਾਣ ਤੋਂ ਇਸ ਤਰ੍ਹਾਂ ਵਾਰ ਵਾਰ ਰੋਕਿਆ ਸੀ, ਐਮਰਜੈਂਸੀ ਤੱਕ ਲਗਾ ਦਿੱਤੀ ਸੀ, ਅੱਜ ਐਮਰਜੈਂਸੀ ਤੋਂ ਬਾਅਦ ਕਦੀ ਲੋਕਾਂ ਦੀ ਇਸੋ ਜਿਹੀ ਰੈਲੀ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਉਹ ਕਾਂਗਰਸ ਦੀ ਸਰਕਾਰ ਨੇ ਕੀਤੀ ਆ, ਕਿਉਂਕਿ ਕਾਂਗਰਸ ਇਹ ਸਮਝ ਰਹੀ ਆ ਕਿ ਲੋਕਾਂ ਦੇ ਅੰਦਰ ਜੋ ਰੋਸ਼ ਆ, ਜੋ ਇਹਨਾਂ ਨੇ ਇੱਕ ਨਕਲੀ ਕਮਿਸ਼ਨ ਦੀ ਰਿਪੋਰਟ ਬਣਾ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਦੀ ਕੋਸ਼ਿਸ਼ ਕੀਤੀ, ਸ਼੍ਰੋਮਣੀ ਅਕਾਲੀ ਦਲ ਦੇ ਸਿਰ ਮੜਨ ਦੀ ਕੋਸ਼ਿਸ਼ ਕੀਤੀ, ਜਦੋਂ ਅੱਜ ਕਾਂਗਰਸ ਔਰ ਉਹਦਾ ਕਮਿਸ਼ਨ ਨਾਕਾਮ ਹੋਇਆ ਹੈ, ਔਰ ਲੋਕਾਂ ਦਾ ਜੋ ਉਤਸ਼ਾਹ ਔਰ ਜੋ ਪਿਆਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀ ਆ, ਉਸਨੂੰ ਡਰਾ ਦਿੱਤਾ ਹੈ ਉਸਨੇ, ਕਾਂਗਰਸ ਦੀ ਲੀਡਰਸ਼ਿਪ ਨੂੰ ਡਰਾ ਦਿੱਤਾ ਹੈ ਉਸਨੇ, ਕਾਂਗਰਸ ਦੀ ਸਰਕਾਰ ਨੂੰ। ਔਰ ਅੱਜ ਐਮਰਜੈਂਸੀ ਵਰਗੂ ਇਸ ਰੈਲੀ 'ਤੇ ਬੈਨ ਲਗਾਇਆ ਗਿਆ। ਇਹ ਜਿੰਨੇ ਮਰਜ਼ੀ ਬੈਨ ਲਗਾ ਲਏ ਸਰਕਾਰ, ਲੇਕਿਨ ਲੋਕਾਂ ਦੀ ਕਚਹਿਰੀ ਦੇ ਅੰਦਰ ਲੋਕਾਂ ਨੇ ਇਸ ਸਰਕਾਰ ਨੂੰ ਕਟਕਰੇ 'ਚ ਖੜਿਆ ਕਰ ਦਿੱਤਾ ਹੈ। ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਇਹ ਸਰਕਾਰ ਰੋਕਣ 'ਚ ਨਾਕਾਮ ਹੋਈ ਆ, ਉੱਥੇ ਹੀ ਇਸ ਸਰਕਾਰ ਨੇ ਪੂਰਾ ਜ਼ੋਰ ਲਾ ਲਿਆ ਸ਼੍ਰੋਮਣੀ ਅਕਾਲੀ ਦਲ ਨੂੰ ਰੰਗਣ ਵਾਸਤੇ, ਪਰ ਲੋਕਾਂ ਨੂੰ ਪਤਾ ਹੈ, ਲੋਕ ਸੱਚਾਈ ਤੋਂ ਵਾਕਫ ਸੀਗੇ। ਇਹੀ ਕਾਰਨ ਆ ਅੱਜ ਕਾਂਗਰਸ ਜਿਹੜੀ ਆ ਉਹ ਬੈਕਫੁੱਟ 'ਤੇ ਆ, ਔਰ ਸ਼੍ਰੋਮਣੀ ਅਕਾਲੀ ਦਲ ਦੀ ਔਰ ਪੰਜਾਬ ਦੇ ਲੋਕਾਂ ਦੀ ਇਹ ਜਿੱਤ ਹੋਈ ਆ। ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਦੀ ਇਸ ਰੈਲੀ 'ਤੇ ਬੈਨ ਲੱਗਣ ਤੋਂ ਬਾਅਦ ਅਕਾਲੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ, ਅਤੇ ਇਸ ਰੈਲੀ ਨੂੰ ਕਰਵਾਉਣ ਲਈ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਬਿਊਰੋ ਰਿਪੋਰਟ, ਸਪੋਕਸਮੈਨ TV।